ਬਾਈ ਜੀ ਕਾਰਨ ਹੈ ਵੀ ਇਹਨਾਂ ਨੇ ਪੇਪਰ ਚੋਰੀ ਕਰ ਲਿਆ, ਫੀਮ ਵੇਚ ਲਈ, ਪੇਪਰ ਚੋਰੀ ਕਰ ਲਿਆ, ਫੀਮ ਵੇਚ ਲਈ, ਦਾਰੂ ਸ਼ਰਿਆਮ ਕਢਾਉਂਦੇ ਨੇ। ਇਹਨਾਂ ਦਾ ਕੰਮ ਹੈ ਵੀ ਅਸੀਂ ਇੱਥੇ ਵੀਡੀਓ ਦਫ਼ਤਰ ਆ ਕੇ ਵੀ ਇਹ ਦੋ ਨੰਬਰ ਦਾ ਚਲਾਈਏ, ਜਾਂ ਸਾਡੇ ਵਰਗੇ ਨੌਜਵਾਨ ਖੜ੍ਹੇ ਨੇ ਵੀ ਇਹ ਕਿਉਂ ਬੋਲਦੇ ਨੇ, ਇਹ ਬੁਲਾਰੇ ਕਿਉਂ ਬਣ ਗਏ ਨੇ। ਸਾਡਾ ਦਬਦਬਾ ਸੀ ਇਸ ਵੀਡੀਓ ਦਫ਼ਤਰ 'ਤੇ, ਉਹ ਸਾਡਾ ਇਸੇ ਤਰ੍ਹਾਂ ਕਾਇਮ ਰਹੇ। ਇਸ ਸੰਬੰਧ 'ਚ ਕੱਲ੍ਹ ਇਹਨਾਂ ਨੇ APO ਨੂੰ, ਪ੍ਰੀਤ APO ਨੂੰ, ਪ੍ਰਬੰਧਕ ਨੂੰ ਇਹਨਾਂ ਨੇ ਧਮਕੀਆਂ ਦਿੱਤੀਆਂ। ਅਸੀਂ ਕਿਹਾ ਤੁਹਾਨੂੰ ਡਰਨ ਦੀ ਲੋੜ ਨਹੀਂ, ਜੇ 20 ਬੰਦੇ ਆਏ ਤਾਂ 40 ਲੈ ਕੇ ਆਵਾਂਗੇ। ਇਹ ਸਾਡਾ ਘੱਟ ਦੱਸਦਾ ਅੱਜ ਇਹਨਾਂ ਦੇ ਬਰਾਬਰ, ਇਹਨਾਂ ਨੂੰ ਜੋ ਕਹਿ ਕੇ ਕਹਿ ਸੀ ਉਹ ਕਰਕੇ ਵਿਖਾ। ਬਾਈ ਜੀ ਪ੍ਰੈਕਟੀਕਲੀ ਜਾ ਕੇ ਪਿੰਡਾਂ 'ਚ ਪਤਾ ਕਰੋ, ਮੇਰੇ ਪਿੰਡ 3 ਧਿਰਾਂ ਕੰਮ ਕਰ ਰਹੀਆਂ ਨੇ, ਇਹਨਾਂ ਦੀ ਧਿਰ ਆਪਦਾ ਕੰਮ ਕਰ ਰਹੀ ਹੈ, ਮੇਰੀ ਧਿਰ ਆਪਦਾ ਕਰ ਰਹੀ ਹੈ, ਇੱਕ ਹੋਰ ਤੇਰੇ ਉਹ ਆਪਦਾ ਕੰਮ ਕਰ ਰਹੀ। ਪ੍ਰਸ਼ਾਸਨ ਨੂੰ ਇਹ ਮੰਗ ਕਰਨੇ ਆ ਵੀ ਤੁਸੀਂ ਕਰਨਾ ਨਹੀਂ, ਅਸੀਂ ਤੁਹਾਡੇ ਨਾਲ ਖੜੇ ਹਾਂ। ਪਿੰਡ ਦੇ DC ਮੈਡਮ ਨੇ ਪਰਚਾ ਦੇ ਚੁੱਕਿਆ ਵੀ ਉਸੇ ਤਰ੍ਹਾਂ ਦਬਦਬਾ ਬਣਾਉਣਾ ਚਾਹੁੰਦਾ ਹੈ, ਦਬਦਬਾ ਬਣਾਉਣਾ ਚਾਹੁੰਦਾ ਹੈ ਵੀ ਖਰੇ ਮੇਰਾ ਤਾਂ ਪਰਚਾ ਕੈਂਸਲ ਕਰਨਗੇ, ਇਵੇਂ ਨਹੀਂ ਆਉਣ ਦਿਆਂਗੇ, ਬਿਲਕੁਲ ਨਹੀਂ ਆਉਣਗੇ। ਮੇਰਾ ਨਾਮ ਕਾਮਲ ਜਰਨੈਲ ਟਾਬਾ ਹੈ ਜੀ, ਮੈਂ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦਾ ਆਗੂ ਹਾਂ ਜੀ। ਮਸਲਾ ਇਹ ਹੈ ਜੀ, ਵਾਰ ਵਾਰ ਜਿਹੜੀਆਂ ਸਾਡੀਆਂ ਡਿਮਾਂਡਾਂ ਨੇ ਪਿੰਡਾਂ ਵਿੱਚ, ਜਿਹੜੀਆਂ ਅਸੀਂ ਡਿਮਾਂਡਾਂ ਭਰਦੇ ਹਾਂ, 12-13 ਸਾਲ ਹੋ ਗਏ ਨੇ ਸਾਨੂੰ ਜਿਹੜਾ ਨਰੇਗਾ ਬਾਰੇ ਅਸੀਂ ਜਾਣਕਾਰੀ ਸਾਨੂੰ ਪੂਰੀ ਹੈ ਔਰ ਅਸੀਂ ਨਰੇਗਾ ਦਾ ਲਾਭ ਪੜਿਆ ਹੋਇਆ। ਅਸੀਂ ਸ਼ੁਰੂ ਤੋਂ ਹੀ ਗੁਰਦੁਆਰੇ ਸਾਹਿਬ 'ਚ ਸਾਂਝੀ ਅਨਾਊਂਸਮੈਂਟ ਕਰਕੇ ਅਸੀਂ ਅਰਜ਼ੀਆਂ ਭਰਨੇ ਹਾਂ, ਜਿਹਨੂੰ ਮੰਗ ਪੱਤਰ ਵੀ ਕਹਿ ਲੈਂਦੇ ਹਾਂ, ਡਿਮਾਂਡ ਵੀ ਕਹਿ ਲੈਂਦੇ ਹਾਂ, ਉਹ ਅਸੀਂ ਜਿਹੜੀ ਹੈ ਤਾਂ ਸੈਕਟਰੀ ਨੂੰ ਦੇ ਜਾਂਦੇ ਹਾਂ ਔਰ ਸੈਕਟਰੀ ਸਾਈਨ ਕਰਕੇ APO ਦੇ ਸਾਈਨ ਕਰਾ ਕੇ ਜਈ ਦੇ BDO ਸਾਹਿਬ ਦੇ ਸਾਈਨ ਕਰਵਾ ਕੇ ਮਸਟੋਲ ਨਿਕਲ ਜਾਂਦਾ। ਪਰ ਹੁਣ ਸਾਨੂੰ ਦਿੱਕਤ ਇਸ ਤਰ੍ਹਾਂ ਦੀ ਆ ਰਹੀ ਹੈ, ਜਿਹੜੇ ਇੱਥੋਂ ਦੇ ਸੈਕਟਰੀ ਨੇ, ਉਹ ਜਿਹੜਾ ਮੈਂ ਕਹਾਂਗਾ ML ਗੋਲਡੀ ਸਾਹਿਬ ਹੈ, ਉਹਨਾਂ ਦੇ ਜਿਹੜੇ ਬੰਦੇ ਛੱਡੇ ਹੋਏ ਨੇ ਇੱਥੇ ਇਸ ਦਫ਼ਤਰਾਂ ਦੇ ਵਿੱਚ, ਜਿਹੜੇ ਕਬਜ਼ਾ ਕਰਕੇ ਬੈਠੇ ਨੇ, ਉਹ ਸੈਕਟਰੀਆਂ ਨੂੰ ਦਬਦਬਾ ਬਣਾ ਲੈਂਦੇ ਨੇ, ਸੈਕਟਰੀਆਂ 'ਤੇ ਦਬਾਅ ਬਣਾਉਂਦੇ ਨੇ ਕਿ ਤੁਸੀਂ ਉਹ ਜਿਹੜੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵਾਲੇ ਨੇ, ਉਹਨਾਂ ਤੁਸੀਂ ਅਰਜ਼ੀਆਂ ਨਹੀਂ ਭਰਨੀਆਂ, ਉਹਨਾਂ ਨੂੰ ਖੱਜਲ ਖੁਆਰ ਕਰੋ ਤਾਂ ਜੋ ਕਿ ਉਹ ਕੰਮ ਕਾਰ ਛੱਡ ਜਾਣਗੇ। ਇਹ ਕਈਆਂ ਵੀਰ ਸਾਨੂੰ ਸੈਕਟਰੀਆਂ ਨੇ ਆਪ ਕਹਿ ਦਿੱਤੀ ਗੱਲ ਜੀ। ਨਹੀਂ ਜੀ, ਉਹ ਇਹਨਾਂ ਨੇ ਆਪ ਬੰਦੇ ਛੱਡੇ ਹੋਏ ਨੇ ਜੀ, ਉਹ ਪਿੰਡਾਂ ਵਾਲਿਆਂ ਨੂੰ ਫੋਨ ਕਰਦੇ ਨੇ ਜਿਹੜੇ ਆ ਹੁਣ ਪਿੱਛੇ ਜੀ, ਇਹ ਤਾਂ ਨਰੇਗਾ ਦੇ ਸਿਸਟਮ 'ਚ ਜਿਹੜਾ ਇਹਨਾਂ ਸਾਰਾ ਜਿਹੜਾ ਅਮਲਾ ਇਹਨਾਂ ਆਲੇ ਮਗਰ ਲਾ ਲਿਆ ਔਰ ਕਹਿ ਦਿੱਤਾ ਵੀ ਸਾਡੇ ਜਿੱਥੇ ਹੈਲੋ ਅਸੀਂ ਕਰਾਂਗੇ ਉਸ ਪਿੰਡ ਨੂੰ ਕੰਮ ਦਿੱਤਾ ਜਾਵੇ, ਦੂਸਰਿਆਂ ਨੂੰ ਕੰਮ ਨਹੀਂ ਦੇਣਾ। ਦੇਖੋ ਜੀ, ਸੱਚਮੁੱਚ ਇਹ ਮੇਰੀ ਦਿਲੀ ਗੱਲ ਹੈ ਕਿ ਭਗਵੰਤ ਮਾਨ ਸਾਹਿਬ ਮਾੜੇ ਨਹੀਂ ਹੈ, ਝਾੜੂ ਵਾਲੀ ਸਰਕਾਰ ਮਾੜੀ ਨਹੀਂ ਹੈ। ਮੈਂ ਐਵੇਂ ਕਹਿ ਦਾ ਮੈਂ ਦੋਸ਼ ਲਾ ਦਿਆਂ, ਪਰ ਦੋਸ਼ ਮੇਰਾ ਇੱਥੋਂ ਦਾ ਜਿਹੜਾ ML ਗੋਲਡੀ ਹੈ, ਉਹਨੇ ਜਿਹੜੇ ਇੱਥੇ ਬੰਦੇ ਛੱਡੇ ਹੋਏ ਨੇ, ਜਾਂ ਉਹਨੇ ਕਹਿ ਤਾਂ ਇੱਥੇ ਹੈਗੇ ਨੇ ਐਵੇਂ ਆਪਦੀ ਮਰਜ਼ੀ ਨਾਲ ਕੋਈ ਨਹੀਂ ਆਉਂਦਾ ਜੀ। ਫਿਰ ਦੂਸਰੀ ਗੱਲ ਇਹ ਹੈ, ਜਿਹੜੇ ਪ੍ਰਬੰਧਕ ਲਗਾਏ ਸੀ ਪ੍ਰਬੰਧਕ ਪਿੰਡਾਂ ਦੇ ਵਿੱਚੋਂ, ਜਿਹੜੇ ML ਦੇ ਬੰਦੇ ਸੀ, ਉਹਨਾਂ ਸਾਰੇ ਪਿੰਡਾਂ ਦੇ ਵਿੱਚੋਂ ਜਿਹੜੇ ਪੈਸੇ ਨੇ ਪੰਚਾਇਤਾਂ ਦੇ ਪੈਸੇ, ਉਹ ਉਹਨਾਂ ਕਢਾ ਕੇ ਉਹ ਕੋਈ ਇਹਨੂੰ ਕੋਈ ਇੱਕ ਅੱਧਾ ਟੈਂਕ ਦਿੱਤਾ ਹੈ ਜਾਂ ਕੋਈ ਥੋੜ੍ਹਾ ਬਹੁਤਾ ਸਮਾਨ ਦਿੱਤਾ, ਉਹ ਪੈਸਾ ਵੀ ਜਿਹੜਾ ਸਾਰਾ ਤਹਿਸ ਨਹਿਸ ਹੋ ਚੁੱਕਾ। ਹੁਣ ਅਸੀਂ ਮੰਗ ਇਹ ਪ੍ਰਸ਼ਾਸਨ ਅੱਗੇ ਕਰਦੇ ਹਾਂ ਜੀ, ਅਸੀਂ ਇਹ ਕਰਦੇ ਹਾਂ ਵੀ ਜਿਹੜਾ ਨਰੇਗਾ ਦਾ ਕੰਮ ਹੈ ਪਾਰਦਰਸ਼ੀ ਢੰਗ ਨਾਲ, ਵਧੀਆ ਢੰਗ ਨਾਲ ਚੱਲੇ ਜੀ, ਔਰ ਜਿਹੜੇ ਇੱਥੇ ਟੋਟਲ ਹੈਗੇ ਨੇ ਉਹਨਾਂ ਨੂੰ ਨੱਥ ਪਾਈ ਜਾਵੇ ਜੀ, ਅਤੇ ਵਧੀਆ ਢੰਗ ਨਾਲ ਸਾਨੂੰ ਕੰਮ ਦਿੱਤਾ ਜਾਵੇ ਨਰੇਗਾ 'ਚ। ਭਾਈ ਜੀ, ਅੱਜ ਮਸਲਾ ਸਾਡੇ ਕਾਫੀ ਦਿਨਾਂ ਤੋਂ ਇਹ ਜਿਹੜੇ ਇਹ ਆਪਣੇ ਨਰੇਗਾ ਵਾਲਾ ਸਾਡਾ ਕੰਮ ਚੱਲ ਰਿਹਾ, ਇਹ ਕੰਮ ਜਿਹੜੇ 20-25 ਬੰਦੇ ਬੈਠ ਕੇ ਇੱਥੇ ਜਿਹੜਾ ਇਹਨਾਂ ਦਾ ਟੋਲਾ ਹੈਗਾ ਆ ਕੇ ਜਿਹੜੇ ਮੁਲਾਜ਼ਮ ਨੇ ਉਹਨਾਂ 'ਤੇ ਦਬਾਅ ਪਾਉਂਦੇ ਨੇ, ਸਾਨੂੰ ਕੰਮ ਨਹੀਂ ਕਰਨ ਦਿੰਦੇ। ਸਾਡੇ ਅਲੱਗ ਅਲੱਗ ਪਿੰਡਾਂ ਤੋਂ ਆਏ ਨੇ ਜਿਹੜੇ ਵੀ ਨਰੇਗਾ ਕਰਮਚਾਰੀ ਵਿਚਾਰੇ ਮਿਹਨਤ ਕਰਦੇ ਨੇ, 250 ਰੁਪਇਆ ਦਿਹਾੜੀ ਲੈਂਦੇ ਨੇ, ਉਹ ਅੱਜ ਇੱਥੇ ਪਹੁੰਚਦੇ ਨੇ, ਇਹਨਾਂ ਦਾ ਅਸੀਂ ਪਿੰਡ ਸਿਆਪਾ ਕਰਨ ਪਹੁੰਚੇ। ਇਹ ਆਪਦਾ ਜਿਹੜਾ ਪਹਿਲਾਂ ਦਾ ਜਿਵੇਂ ਪਹਿਲਾਂ ਕਰਦੇ ਸੀਗੇ ਕਪਲਾਬਾਜ਼ੀ ਕਰਦੇ ਸੀ, 200-200 ਰੁਪਇਆ ਲੈ ਕੇ ਕਾਰਡ ਵਾਲਿਆਂ ਕੋਲੋਂ ਅਰਜ਼ੀਆਂ ਭਰਦੇ ਸੀ,
ਜਾਂ ਕਾਰਡ ਬਣਾਉਂਦੇ ਸੀ ਉਹ ਕੰਮ ਹੁਣ ਬੰਦ ਹੋ ਚੁੱਕਾ ਹੈ ਅਤੇ ਇਸ ਕਰਕੇ ਇਹ ਰੋਂਦੇ ਨੇ ਕਿ ਸਾਡਾ ਕੰਮ ਪਹਿਲਾਂ ਦੀ ਤਰ੍ਹਾਂ ਸਟਾਰਟ ਜਾਰੀ ਰਹੇ। ਅਸੀਂ ਇਹ ਕੰਮ ਨਹੀਂ ਹੋਣ ਦੇ, ਇਹ ਬਰਦਾਸ਼ਤ ਨਹੀਂ ਕਰਾਂਗੇ। ਸਾਡੇ ਜਿਹੜੇ ਅਲੱਗ ਅਲੱਗ ਪਿੰਡਾਂ ਤੋਂ ਜਥੇਬੰਦੀਆਂ ਮਜ਼ਦੂਰ ਲੋਕ ਜਿਹੜੇ ਪਹੁੰਚੇ ਨੇ ਇਹਨਾਂ ਦਾ ਪਿੰਡ ਸਿਆਪਾ ਕਰਨ ਵਾਸਤੇ, ਇਹ ਸਿਰਫ ਇਹਨਾਂ ਦਾ ਕੰਮ ਇੱਕ ਹੀ ਹੈ, ਅਸੀਂ ਆ ਕੇ ਅਤੇ ਆਪਦਾ ਰਾਜ ਕਰੀਏ। ਇੱਥੇ ਬੈਠ ਕੇ 25 ਜਿਹੜੇ ਮੁਲਾਜ਼ਮਾਂ ਦੇ ਦਰਬਾਬ ਦਬਾਅ ਪਾ ਕੇ ਅਸੀਂ ਜਿਵੇਂ ਪਹਿਲਾਂ ਕੱਪੜੇਬਾਜ਼ੀ ਕਰਦੇ ਸੀ ਅੱਜ ਉਸੇ ਤਰ੍ਹਾਂ ਫਿਰ ਅਸੀਂ ਬਰਾਰ ਕਰਾਂਗੇ। ਪਰ ਸਾਡੇ ਲੋਕ ਜਾਗਰੂਕ ਨੇ, ਅਸੀਂ ਇਹ ਕੰਮ ਅੱਜ ਤੋਂ ਬਾਅਦ ਨਹੀਂ ਕਰਨ ਦੇਵਾਂਗੇ। ਜਿੱਥੇ ਇਹਨਾਂ ਦਾ ਜਿੱਥੇ ਵੀ ਇਹ ਧਰਨਾ ਕੱਢਣਗੇ ਜਿੱਥੇ ਅਸੀਂ ਉਹਨਾਂ ਦੇ ਇਹਨਾਂ ਦੇ ਖਿਲਾਫ ਇਹਨਾਂ ਦੇ ਬਰਾਬਰ 'ਤੇ ਬੈਠਾਂਗੇ। ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰ, ਇਹਨਾਂ ਤੋਂ ਡਰਨ ਦੀ ਲੋੜ ਨਹੀਂ। ਇਹ ਜੋ 3-4 ਜਣੇ ਜਿਹੜੇ ਲੋਟੂ ਨੇ, ਜਿਹੜੇ ਲੋਟੂ ਲੋਕਾਂ ਨੂੰ ਲੁੱਟ ਕੇ ਸਮਗਲਰਾਂ ਦਾ ਕੰਮ ਕਰਕੇ, ਚਿੱਟਿਆਂ ਦਾ ਕੰਮ ਕਰਕੇ ਵੇਚ ਕੇ ਇਹ ਜਿਹੜੀ ਆਪਣੀ ਪ੍ਰਾਪਰਟੀਆਂ ਬਣਾਈ ਬੈਠੇ ਨੇ, ਇਹਨਾਂ ਦਾ ਤਾਂ ਪਿੱਛੇ 2 ਦਿਨਾਂ ਦੇ ਵਿੱਚ ਡੀਸੀ ਮੈਡਮ ਇਹਨਾਂ ਦੇ ਵਾਰੰਟ ਜਾਰੀ ਹੋ ਚੁੱਕੇ ਨੇ, ਇਹਨਾਂ ਦੇ ਪਰਚਾ ਮੁਕੰਮਲ ਤੌਰ 'ਤੇ ਬਸ ਇਹਨਾਂ ਦੇ ਬੁਖਲਾਟ ਦੇ ਵਿੱਚ ਆ ਕੇ ਧਰਨਾ ਫਿਰ ਜਾਰੀ ਕੀਤਾ, ਕਿਉਂਕਿ ਅਸੀਂ ਫਿਰ ਦੁਬਾਰਾ ਕਰ ਚੁੱਕੇ। ਸਪਸ਼ਟੀਕਰਨ ਕਰ ਦਿਓ, ਕੋਈ ਦਲਾਲ ਇੱਥੇ ਬੈਠਾ ਹੈ, ਅਸੀਂ ਉਸ ਤਾਂ ਗੱਲ ਦਾ ਦੇਣੇਦਾਰ ਹੋਵਾਂਗੇ। ਕੋਈ ਬਾਈ ਜੀ ਇੱਥੇ ਜਿਹੜਾ ਮੁਲਾਜ਼ਮਾਂ ਨੂੰ ਪੁੱਛ ਲਓ ਜੀ, ਇੱਥੇ ਜਿਹੜੇ ਆਉਂਦੇ ਨੇ ਸਾਡਾ ਬਿਲਕੁਲ ਸਾਫ਼ ਸੁਥਰਾ ਕੰਮ ਹੈ, ਕੋਈ ਕਪਲੇਬਾਜ਼ੀ ਨਹੀਂ ਹੈਗੀ। ਕੋਈ ਇਹ ਦਲਾਲ ਦੀ ਗੱਲ ਕਰੇ, ਸਾਨੂੰ ਸਾਬਤ ਕਰਕੇ ਅਸੀਂ ਇਸ ਗੱਲ ਦਾ ਦੇਣੇਦਾਰ ਹੋਵਾਂਗੇ। ਕੋਈ ਵੀ ਇੱਕ ਵੀ ਇਹਨਾਂ ਦਾ ਲੀਡਰ ਸਾਨੂੰ ਸਾਬਤ ਕਰਦੇ, ਅਸੀਂ ਆਪਾਂ ਕਹਿੰਦੇ ਸਾਡਾ ਮਜ਼ਦੂਰਾਂ ਦਾ ਕੰਮ ਨਹੀਂ ਚੱਲਣ ਦਿੰਦੇ, ਇਹ ਦਬਾਅ ਮੁਲਾਜ਼ਮਾਂ ਪਾ ਦੇ ਨੇ ਮੁਲਾਜ਼ਮਾਂ ਨੂੰ। ਅਸੀਂ ਕੱਲ੍ਹ ਵੀ ਆਏ ਸੀ, ਅਸੀਂ ਡਿਮਾਂਡਾਂ ਲੈ ਕੇ ਵੀ ਸਾਡਾ ਪਿੰਡਾਂ ਦੇ ਵਿੱਚ ਕੰਮ ਕਰਨ ਦਿਓ ਸਾਨੂੰ, ਪਰ ਇਹ ਬੰਦੇ ਉਹਨਾਂ ਨੂੰ ਕੰਮ ਕਰਨ ਨਹੀਂ ਦਿੰਦੇ, ਉਹਨਾਂ ਨੂੰ ਦਬਾਅ ਪਾਉਂਦੇ, ਇਹਨਾਂ ਦਾ ਕੰਮ ਨਹੀਂ ਹੋਣਾ। ਮੇਰਾ ਪਿੰਡ ਸਿਮਰੇ ਵਾਲਾ ਢਾਣੀ ਮਾੜੇ ਵਾਲ ਜੀ, ਮੈਂ ਇੱਥੇ ਕੰਮ ਕਰਦਾ 16 ਲੱਖ ਰੁਪਏ ਦਾ, ਅਲੱਗ ਅਲੱਗ ਪਿਛਲੇ ਸਾਲ ਵਿੱਚ ਮੈਂ 100 ਦਿਨ ਜਿਹੜਾ ਸਰਕਾਰ ਵੱਲੋਂ ਦਿੱਤਾ ਨੇ ਉਹ 100 ਦਿਨ ਅਸੀਂ ਪੂਰਾ ਕੰਮ ਕਰਵਾ ਚੁੱਕੇ। ਅੱਜ ਕੱਲ੍ਹ ਹੀ ਮੈਂ ਸਟੋਰ ਬੰਦ ਹੋ ਗਿਆ, ਅੱਜ ਫਿਰ ਕੱਲ੍ਹ ਫਿਰ ਦੁਬਾਰਾ ਸਟਾਰਟ ਕਰਵਾਉਣਾ ਸੀਗਾ, ਪਰ ਇਹ ਬੰਦੇ ਨੇ ਸਾਡਾ ਕੰਮ ਨਹੀਂ ਹੋਣ ਦਿੱਤਾ। ਤੋ ਇਹਨਾਂ ਨੂੰ ਬਣਦੀ ਕਾਰਵਾਈ ਕੀਤੀ ਜਾਵੇ, ਜਿਹੜੇ ਇਹ ਕਪਲਾ ਜਿਹੜਾ ਕੀਤਾ ਇਹਨਾਂ ਦੀ ਜਿਹੜੀ ਦਰਖਾਸਤਾਂ ਹੈਗੀਆਂ ਨੇ ਇਹਨਾਂ ਦੇ ਉੱਤੇ ਮੁਕੰਮਲ ਤੌਰ 'ਤੇ ਇਹਨਾਂ ਦੇ ਪਰਚੇ ਕੱਟੇ ਜਾ ਚੁੱਕੇ ਨੇ। ਪ੍ਰਸ਼ਾਸਨ ਅੱਗੇ ਬੇਨਤੀ ਹੈ ਇਹਨੂੰ ਜਲਦੀ ਜਲਦ ਅਰੈਸਟ ਕਰਕੇ ਇਹਨਾਂ ਨੂੰ ਜਿਹੜਾ ਇਹਨਾਂ ਦੀ ਬਣਦੀ ਕਾਨੂੰਨੀ ਕਾਰਵਾਈ ਇਹਨਾਂ ਨੂੰ ਸਜ਼ਾ ਇਹਨਾਂ ਨੂੰ ਮਿਲੇ ਸਾਡੀ।